ਇਹ ਦਲਵੀਰ ਹੈ ਕਹਿੰਦੇ ਮਨਾਣੇ ਦੀ ਧਰਤੀ ਦਾ ਵੇ ਵੱਧ ਕੇ ਕਬੱਡੀ ਪਾ ਰਿਹਾ ਇੱਧਰ ਕਹਿੰਦੇ ਚਾਰ ਨੇ ਮੇਰੇ ਮਿੱਤਰ ਲਓ ਸਾਹਮਣੇ ਦਲਵੀਰ ਦੀ ਰੇਡ ਇੱਧਰ ਕਹਿੰਦੇ ਪੈਂਦੀ ਰੇਡ ਦੇ ਉੱਪਰ ਵੇਖੋ ਕੌਣ ਆਏ ਕਹਿੰਦੇ ਹੁਸ਼ਿਆਰਾ ਬੋਪਰੀ ਆ ਸਤਿ ਸ਼੍ਰੀ ਅਕਾਲ ਦੋਸਤੋ ਬੈਸਟ ਮੈਚ ਲੜੀ ਦੇ ਵਿੱਚ ਆ ਵਾਲਾ ਜਿਹੜਾ ਮੈਚ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਇਹ ਪਿੰਡ ਲਾਂਡਰਾ ਮੋਹਾਲੀ ਏਰੀਏ ਦਾ ਪਿੰਡ ਜਿੱਥੇ ਕਿ ਕਬੱਡੀ ਟੂਰਨਾਮੈਂਟ 21 ਜਨਵਰੀ 2019 ਨੂੰ ਕਰਵਾਇਆ ਗਿਆ ਇੱਕ ਪਾਸੇ ਮਨਾਣਾ ਦੀ ਟੀਮ ਸੀ ਔਰ ਦੂਸਰੇ ਪਾਸੇ ਬੋਪਾ ਰਾਏ ਕਪੂਰਥਲਾ ਦੀ ਟੀਮ ਸੀ ਦੋਸਤੋ ਕਾਫੀ ਇੰਟਰਸਟਿੰਗ ਮੈਚ ਹੈ ਦੋਨੋਂ ਟੀਮਾਂ ਦੇ ਵਿਚਕਾਰ ਜਿਹੜਾ ਮੈਚ ਹੈ ਉਹ ਨੈਕ ਟੂ ਨੈਕ ਚੱਲਦਾ ਹੈ ਬਹੁਤ ਫਾਈਟ ਦੇਖਣ ਨੂੰ ਮਿਲੀ ਇਸ ਮੈਚ ਦੇ ਵਿੱਚ ਇੰਜੋਏ ਕਰੋ ਇਸ ਮੈਚ ਨੂੰ ਉਹਨਾਂ ਨੇ ਵੀ ਆਖਿਆ ਉੱਧਰ ਜੀਤੀ ਸਿੱਧੂ ਜੀ ਕਹਿ ਗਏ ਆ ਨਾਲ ਬਈ ਜਗਰੂਪ ਹੋਣੀ ਕਹਿ ਗਏ ਆ ਵੀ ਜਿਹੜਾ ਕੁਛ ਵੱਧ ਘੱਟ ਗਿਆ ਨਾ ਜੱਜੀ ਉਹ ਵੀ ਦੱਸਦੀ ਅਸੀਂ ਖੇਡੇ ਆ ਜੇ ਕੁਛ ਵੱਧ ਘੱਟ ਗਿਆ ਤੇ ਉਹ ਵੀ ਦੱਸਦੀ ਅਸੀਂ ਖੇਡੇ ਆ ਕਿਉਂਕਿ ਜਿੱਤੀ ਸਿੱਧੂ ਦੇ ਨਾਲ ਤੇ ਪਿਆਰ ਬੜਾ ਹੈ ਆਪਾਂ ਦਿਲੋਂ ਧੰਨਵਾਦ ਕਰਦੇ ਹਾਂ ਏ ਲਓ ਰੇਡ ਪੈ ਗਈ ਸਾਹਮਣੇ ਇੱਧਰ ਕਹਿੰਦੇ ਕੀਤੀ ਟਰਾਈ ਦੇ ਨੰਬਰ ਰੇਡਰ ਦਾ ਬੱਬੂ ਕਰ ਵੀ ਗੱਲ ਮੁੰਡੇ ਦੀ ਲਓ ਕਹਿੰਦੇ ਮੈਂ ਜਿਹੜਾ ਸ਼ੁਰੂ ਹੋਇਆ ਮਨਾਣਾ ਤੇ ਬੋਪਾ ਦਾ ਇੱਕ ਕਪੂਰਥਲਾ ਬੋਪਾ ਦਾ ਇੱਕ ਕਪੂਰਥਲਾ ਤੇ ਕਹਿੰਦੇ ਮਨਾਣੇ ਦੀਆਂ ਟੀਮਾਂ ਦੇ ਦਰਮਿਆਨ ਇਹ ਮੈਚ ਜਿਹੜਾ ਸ਼ੁਰੂ ਹੋਇਆ ਲਓ ਕਬੱਡੀ ਕੌਣ ਪਾਵੇਗਾ ਕਹਿੰਦੇ ਦਲਵੀਰ ਆ ਗਿਆ ਮਨਾਣੇ ਵਾਲਾ ਬਲਜੀਤ ਬਾਈ ਕਹਿੰਦਾ ਚੁਪਕੇ ਵਾਲਾ ਵੀ 8 ਫਰਵਰੀ ਨੂੰ ਆਹ ਨੌਜਵਾਨ ਨੂੰ ਦੁੱਕ ਦੁੱਕ ਨਾਲ ਮਾਨ ਸਨਮਾਨ ਕਰਨਾ ਹੈ ਇਹ ਆ ਦਲਵੀਰ ਕਹਿੰਦੇ ਮਨਾਣੇ ਵਾਲਾ ਕੇਸਰ ਸਿੰਘ ਥਿੰਦ ਦਾ ਪੁੱਤ ਅਗਲੀ ਰੇਡ ਪਾਉਣ ਲਈ ਕਹਿੰਦੇ ਤਿਆਰ ਬਰ ਤਿਆਰ ਹੈ ਉੱਧਰ ਗੌਰਵ ਚੀਮੇ ਦੇ ਉੱਪਰ ਵੀ ਵੱਡੀ ਜ਼ਿੰਮੇਵਾਰੀ ਹੈ ਕਹਿੰਦੇ ਅੱਜ ਦੇ ਮੇਲੇ ਦੀ ਕਿਉਂਕਿ ਜੈਜੀ ਬਾਈ ਦੀ ਜਦੋਂ ਇੰਟਰਵਿਊ ਹੋਈ ਨਾ ਪ੍ਰਦੀਪ ਟੈਣੇ ਨੇ ਇੰਟਰਵਿਊ ਕਰੀ ਤੇ ਜੈਜੀ ਬਾਈ ਕਹਿੰਦਾ ਵੀ ਮੈਨੂੰ ਕੁਝ ਨਹੀਂ ਪਤਾ ਜਿਹੜਾ ਕੁਝ ਕਰਿਆ ਗੌਰਵ ਨਹੀਂ ਕਰਿਆ ਵੀ ਇਹਨੂੰ ਪੁੱਛੋ ਲਓ ਕਹਿੰਦੇ ਪੈਂਦੀ ਰੇਡ ਦੇ ਉੱਪਰ ਹੁਣ ਕੌਣ ਲਓ ਵੱਧ ਕੇ ਟਰਾਈ ਕੀਤੀ ਹੈ ਮੁੰਡੇ ਨੇ ਡੱਕਣ ਦੀ ਪਰ ਸਫਲਤਾ ਕਹਿੰਦੇ ਰੇਟਰ ਦੇ ਕਦਮ ਚੁੰਮਦੀ ਹੋਈ ਪੈਂਦੀ ਰੇਡ ਤੇ ਅਮਰੀਕ ਕਰੇਗਾ ਗੱਲ ਲਓ ਰੇਡ ਜਿਹੜੀ ਉਹ ਪੈ ਰਹੀ ਹੈ ਉੱਧਰ ਸਾਡੇ ਸਤਿਕਾਰਯੋਗ ਨੇ ਸਰਦਾਰ ਕਮਲਜੀਤ ਸਿੰਘ ਜੀ ਬੜੀ ਪਿਆਰੀ ਸ਼ਖਸੀਅਤ ਹੈ ਜਿਹਨਾਂ ਦੇ ਬਹੁਤ ਵੱਡੇ ਯੋਗਦਾਨ ਨੇ ਜੱਜੀ ਬਾਈ ਕਹਿੰਦਾ ਵੀ 10 ਮੁੰਦੀਆਂ ਲੈ ਕੇ ਆਏ ਹੈ ਵੀ ਇਹਨਾਂ 'ਚ 10 ਮੁੰਦੀਆਂ ਪਾਉਣੀਆਂ ਹੈ ਕਿੱਡੀ ਮਾਣ ਦੀ ਗੱਲ ਹੈ ਨਾਲ ਕਹਿੰਦੇ ਨਕਦ ਰਾਸ਼ੀ ਵੱਡੀ ਹੈ ਕਿਉਂਕਿ 2 ਲੱਖ ਤੋਂ ਕਹਿੰਦੇ ਉੱਪਰ ਗੱਲ ਗਈ ਹੋਈ ਹੈ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤਜਿੰਦਰ ਮਿੱਡੂ ਖੇੜਾ ਜੀ ਲਓ ਸਾਹਮਣੇ ਕਹਿੰਦੇ ਨੰਬਰ ਜਿਹੜਾ ਰੇਡਰ ਦੇ ਹਿੱਸੇ ਹੈ ਲੈ ਵੀ ਪੰਮਿਆ ਜੇ ਕਿਤੇ ਬੇਗਾਨੇ ਜਿੱਤ ਗਏ ਨਾ ਲੋਕਾਂ ਨੇ ਕਹਿਣਾ ਉਹਨਾਂ ਨੇ ਦੂਰੋਂ ਆ ਕੇ ਉਹਨਾਂ ਨੇ ਘਰੇ ਆ ਕੇ ਪੰਮਾ ਹਰਾਇਆ ਹੈ ਉਹਨਾਂ ਨੇ ਘਰੇ ਆ ਕੇ ਪੰਮਾ ਹਰਾਇਆ ਹੈ ਲਓ ਤਾਜੇ ਦੀ ਰੇਡ ਪੈ ਰਹੀ ਹੈ ਇਹਦਾ ਕਹਿੰਦੇ ਕਾਲਾ ਸਿੰਘਿਆ ਪਿੰਡ ਹੈ ਲਓ ਤਾਜਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀ ਪੱਟਾਂ ਦੇ ਥਾਪੀਆਂ ਮਾਰਦੇ ਹੈ ਇੱਕ ਨੇ ਟਰਾਈ ਕੀਤੀ ਹੈ ਉੱਧਰ ਕਹਿੰਦੇ 24 ਫਰਵਰੀ ਫੇਰ ਆਉਂਦੀ ਹੈ ਜਿਹੜੇ ਮੇਲੇ ਦੇ ਪਿਛਲੇ ਸਾਲ ਕਾਲੇ ਸਿੰਘਿਆਂ ਵਾਲੇ ਨੇ ਮਹਿੰਦਰਾ ਵੀ ਕਹਿੰਦੇ ਐਕਸ ਯੂ ਵੀ ਗੱਡੀ ਦਿੱਤੀ ਗਈ ਹੈ ਗੱਡੀ ਗੱਡੀ ਜਿਹੜੀ ਉਹ ਦਿੱਤੀ ਗਈ ਹੈ ਪੈਂਦੀ ਰੇਡ ਖੰਨੇ ਵਾਲਿਆ ਆ ਜਾਓ ਉੱਥੇ ਹੀ ਫੇਰ ਲਓ ਕਹਿੰਦੇ ਬੋਪਾ ਰਾਏ ਵਾਲਾ ਭਲਵਾਨ ਕਬੱਡੀ ਪਾ ਰਹੇ ਉੱਧਰ ਚਾਰ ਕਹਿੰਦੇ ਤਿਆਰ ਵਰ ਤਿਆਰ ਨੇ ਸੁਪਿੰਦਰ ਹੈ ਮਨਾਣੇ ਵਾਲਾ ਮਹਿੰਦਰ ਸੁਹਾਣਾ ਜੀ ਕਹਿੰਦੇ ਵੱਡਾ ਮਾਣ ਕਰਦੇ ਮੁੰਡੇ ਦੇ ਉੱਪਰ ਪਰ ਭਲਵਾਨ ਨੇ ਕਹਿੰਦੇ ਨੰਬਰ ਜ਼ੋਰ ਦਿੱਤਾ ਆਪਣੀ ਟੀਮ ਦੇ ਲਈ ਉੱਧਰ ਗੌਰਵ ਚੀਮਾ ਸਾਡਾ ਵੀਰ ਕਹਿੰਦਾ ਲੈ ਵੀ ਗੌਰਵ ਆਹ ਮੈਚ ਤੋਂ ਬਾਅਦ ਆਪਾਂ ਸਨਮਾਨ ਜਿਹੜਾ ਕਰਾਂਗੇ ਸੁੱਖਾ ਧੂਰਕੋਟ ਵਾਲਾ ਕਹਿੰਦੇ ਆਸਟ੍ਰੇਲੀਆ ਰਹਿੰਦਾ ਸਾਡਾ ਵੀਰ ਧੂਰਕੋਟ ਵਾਲੇ ਸੁੱਖੇ ਦਾ ਤੇ ਸੀਤੇ ਸਰਪੰਚ ਜਨੌਦ ਵਾਲੇ ਦਾ ਆਹ ਮੈਚ ਤੋਂ ਬਾਅਦ ਕਹਿੰਦਾ ਮਾਨ ਸਨਮਾਨ ਕੀਤਾ ਜਾਵੇਗਾ ਮਨਦੀਪ ਕਬੱਡੀ ਪਾ ਰਿਹਾ ਕਹਿੰਦੇ ਬੇਨੜੇ ਵਾਲਾ ਬੇਨੜੇ ਵਾਲੇ ਲੰਬੀ ਦਾ ਨਾਮ ਨਿੰਦੀ ਦਾ ਨਾਮ ਦੁਨੀਆਂ ਦੇ ਸੁਪਰ ਡੁਪਰ ਖਿਡਾਰੀਆਂ ਦੇ ਵਿੱਚ ਹੈ ਉਹਨਾਂ ਦੇ ਪੇਂਡੂ ਕਹਿੰਦੇ ਮਨਦੀਪ ਪੁਆਇੰਟ ਦਾ ਵਾਧਾ ਕਰਦਾ ਹੈ ਆਪਣੀ ਟੀਮ ਦੇ ਲਈ ਉੱਧਰ ਲੈਂਬਰ ਸਿੱਧਮਾ ਵਾਲਾ ਨਾਲ ਕਹਿੰਦੇ ਕੁਲਦੀਪ ਕਲੇਰ ਚੂੜ ਚੱਕੀਆ ਉਹ ਵੀ ਲਾਈਵ ਜੁੜਿਆ ਇਹਦੇ ਮੇਲੇ ਦੇ ਨਾਲ ਇੱਧਰ ਕਹਿੰਦੇ ਗੱਲੇ ਦੀ ਪੈਂਦੀ ਰੇਡ ਦੇ ਉੱਪਰ ਵੇਖੋ ਕੌਣ ਆਏ ਰੌਣੀ ਦੇ ਕੱਪ ਦਾ ਕਹਿੰਦੇ ਫੋਲ ਟਰੈਕਟਰ ਦਾ ਜੇਤੂ ਇਹ ਆ ਭੋਟਾ ਕਹਿੰਦੇ ਮਨਾਣੇ ਵਾਲਾ ਪਰ ਗੱਲਾ ਬਹੂਏ ਵਾਲਾ ਆਪਣੀ ਟੀਮ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਉੱਧਰ ਸਾਡਾ ਗਿੱਲ ਬਾਈ ਕਹਿੰਦਾ ਵੀ ਅਵਤਾਰ ਇਟਲੀ ਵੱਲੋਂ ਤੇ ਲੱਕੀ ਇਟਲੀ ਵੱਲੋਂ 5100 ਦਾ ਵੱਡਾ ਯੋਗਦਾਨ ਹੈ ਅਵਤਾਰ ਇਟਲੀ ਤੇ ਲੱਕੀ ਇਟਲੀ ਵੱਲੋਂ ਵੱਡੇ ਯੋਗਦਾਨ ਵੱਡੇ ਯੋਗਦਾਨ ਦੇ ਲੋਕ ਕਹਿੰਦੇ ਰੇਡ ਪਾਉਣ ਦੇ ਲਈ ਦਲਵੀਰ ਵਧਿਆ ਹੋਇਆ ਹੈ ਇਹਦਾ ਵੀ ਕਹਿੰਦੇ 10 ਸਾਲ ਦਾ ਵੀਜ਼ਾ ਲੱਗਿਆ ਕੈਨੇਡਾ ਦਾ ਵੀ ਜਦੋਂ ਮਰਜ਼ੀ ਜਾਵੇ ਤੇ ਜਦੋਂ ਮਰਜ਼ੀ ਜਾਵੇ ਲਓ ਦਲਵੀਰ ਵੀ ਕਹਿੰਦੇ ਪੈਂਦੀ ਰੇਡ ਇੱਕ ਨੇ ਟਰਾਈ ਕੀਤੀ ਲੱਗਦਾ ਜ਼ੋਰ ਮੇਰੇ ਮਿੱਤਰੋ ਤੇ ਨੰਬਰ ਜਿਹੜਾ ਹੈ ਉਹ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ ਦਲਵੀਰ ਇੱਕ ਵਧੀਆ ਨੰਬਰ ਜੋੜ ਗਿਆ ਨਿੰਮਾ ਸਰਪੰਚ ਇਹਨਾਂ ਵੱਲੋਂ 500 ਦੇ ਪੰਮਾ ਜੱਫਾ ਲਾਵੇਗਾ ਨਾਲ ਜੱਜੀ ਲਾਂਡਰਾ ਸਾਡਾ ਵੀਰ ਵੱਡੇ ਮਾਣ 500 ਦੇ ਦਿੱਤੇ ਜਾਣਗੇ ਜੱਜੀ ਕਹਿੰਦਾ ਜਾਨ ਮਾਰਨੀ ਯਾਰਾਂ ਤੋਂ ਬਾਕੀ ਕਹਿੰਦੇ ਨੋਟਾਂ ਨੋਟਾਂ ਦੀ ਗੱਲ ਨਹੀਂ
ਜਾਣ ਮਾਰਨੀ ਯਾਰਾਂ ਤੋਂ ਉਧਰ ਨਿੰਮਾ ਸਰਪੰਚ ਉਧਰ ਜੈਜੀ ਲਓ ਤਾਜੇ ਦੀ ਰੇਡ ਦੇ ਬੱਬੂ ਕਰਗਲ ਮੁੰਡੇ ਦੀ ਲਓ ਆ ਗਿਆ ਕਹਿੰਦੇ ਤਾਜਾ ਕਾਲੇ ਸਿੰਘਿਆਂ ਵਾਲਾ ਜੀ ਰੇਡ ਪਾਉਣ ਦੇ ਲਈ ਉਧਰ ਕਹਿੰਦੇ ਝੋਟਾ ਬਾਈ ਕਹਿੰਦਾ ਜੰਡਪੁਰ ਵਾਲਾ ਵੀ ਝੋਟੇ ਜੰਡਪੁਰੀਏ ਵੱਲੋਂ ਤੇ ਨਾਲ ਜੈਜੀ ਵੱਲੋਂ ਵੱਡੇ ਮਾਣ ਪੰਮੇ ਦੇ ਜੱਫੇ ਦੇ ਉੱਪਰ ਦਿੱਤੇ ਜਾਣਗੇ ਲਓ ਕਾਲਾ ਸਿੰਘਿਆਂ ਪਿੰਡ ਹੈ ਕਹਿੰਦੇ ਇਹ ਹੈ ਗੁਰਤਾਜ ਸਿੰਘ ਤਾਜਾ ਕਾਲੇ ਸਿੰਘਿਆਂ ਵਾਲਾ ਮਨਾਣੀ ਦੀ ਟੀਮ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ ਉਧਰ ਤਾਜੇ ਦੀ ਆ ਹੁਣ ਤੋਂ ਤਿੰਨ ਕਬੱਡੀਆਂ ਪੈਣਗੀਆਂ ਜੈਜੀ ਗਿੱਲ ਕਹਿੰਦਾ 1000 ਦੇਵਾਂਗੇ ਜੇ ਤਾਜੇ ਨੂੰ ਕੋਈ ਜੱਫਾ ਲਾਵੇਗਾ ਤਿੰਨਾਂ ਰੇਡਾਂ ਦੇ 1000 ਦਿੱਤਾ ਜਾਵੇਗਾ ਮੇਰੀ ਬੇਨਤੀ ਆ ਕਿਉਂਕੇ ਕਲਾਂ ਦੇ ਤੇਪਲਾ ਇਹ ਜਲਦੀ ਤੋਂ ਜਲਦੀ ਟੀਮਾਂ ਤਿਆਰ ਰਹਿਣ ਜਲਦੀ ਤੋਂ ਜਲਦੀ ਟੀਮਾਂ ਆਪਣੀ ਤਿਆਰੀ ਕਰ ਲੈਣ ਕਿਉਂਕਿ ਕਲਾਂ ਦੇ ਤੇਪਲਾ ਹਰਿਆਣਾ ਧਨਾਸ ਤੇ ਧੂੜ ਚਨੇਰ ਤੇ ਕੋਟਲੀ ਖੁਰਦ ਮਰਾਣਾ ਬੀ ਤੇ ਲੋਪੋ ਆ ਬੇੜੜੇ ਵਾਲਾ ਕਹਿੰਦੇ ਮਨਦੀਪ ਰੇਡ ਪਾਉਣ ਦੇ ਲਈ ਵਧਿਆ ਹੋਇਆ ਲਓ ਇੱਕ ਨੇ ਟਰਾਈ ਕੀਤੀ ਹੈ ਬੇੜੜੇ ਦੇ ਕਹਿੰਦੇ ਮਨਦੀਪ ਨੇ ਜੱਫਾ ਲੱਗ ਗਿਆ ਨੰਬਰ ਕਹਿੰਦੇ ਇਸ ਵੇਲੇ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਅਗਲੀ ਰੇਡ ਤੇ ਬੱਬੂ ਕਰਗਲ ਮੁੰਡੇ ਦੀ ਲਓ ਕਹਿੰਦੇ ਗੱਲਾਂ ਅਗਲੀ ਰੇਡ ਪਾ ਰਿਹਾ ਲੈ ਵੀ ਪੰਮਿਆਂ ਤਿਆਰੀ ਫੜਦਾ ਜੰਡਪੁਰੀਏ ਝੋਟੇ ਵੱਲੋਂ ਕਹਿੰਦੇ ਵੱਡੇ ਮਾਣ ਦਿੱਤੇ ਜਾਣੇ ਆ ਤੇਰੇ ਜੱਫੇ ਦੇ ਉੱਪਰ ਮਾਣ ਹੈ ਕਹਿੰਦੇ ਦੀਪੀ ਸਿੱਧੂ ਰਕਮੇ ਵਾਲੇ ਨੂੰ ਲਓ ਸਾਹਮਣੇ ਦਿਲਵਰ ਕਹਿੰਦਾ ਵੀ ਨੰਬਰ ਰੇਟਰ ਦੇ ਹਿੱਸੇ ਹੈ ਉਧਰ ਨੀਤਾ ਪੂਨੀਆ ਜੀ ਮਾਨਕ ਮਾਜਰਾ ਗਗਨ ਪੂਨੀਆ ਕਮਲਦੀਪ ਪੂਨੀਆ ਤੇ ਕਹਿੰਦੇ ਅਨਮੋਲ ਬਾਈ ਲਖਨੌਰ ਵਾਲੇ ਵੀ ਸਾਡੇ ਦਰਮਿਆਨ ਜਿਹੜੇ ਆਏ ਹੋਏ ਹੈ ਜਿਹੜੇ ਭਰਾਵਾਂ ਵੱਲੋਂ ਵੱਡੇ ਯੋਗਦਾਨ ਹੈ ਕਹਿੰਦੇ ਅੱਜ ਦੇ ਮੇਲੇ ਦੇ ਲਈ ਲਓ ਮਨਾਣੇ ਵਾਲਾ ਕਹਿੰਦੇ ਦਲਵੀਰ ਕਬੱਡੀ ਭਾ ਰਿਹਾ ਹੈ ਦਲਵੀਰ ਦੀ ਪੈਂਦੀ ਰੇਡ ਦੇ ਉੱਪਰ ਵੇਖੋ ਕੌਣ ਆ ਕਹਿੰਦੇ ਭਲਵਾਨ ਹੈ ਚੀਮਿਆਂ ਵਾਲਾ ਇਹ ਆ ਕਹਿੰਦੇ ਲੱਖੇ ਦਾ ਪੇਂਡੂ ਹੁਣ ਵੇਖਾਂਗੇ ਵੀ ਕਰਵਾਵੇਗਾ ਬੱਲੇ ਬੱਲੇ ਜਾਂਦੇ ਨਹੀਂ ਉਧਰ ਦਲਵੀਰ ਤੇ ਭਲਵਾਨ ਦੇ ਦਰਮਿਆਨ ਕਹਿੰਦੇ ਦਲਵੀਰ ਤੇ ਭਲਵਾਨ ਦੇ ਦਰਮਿਆਨ ਮੁਕਾਬਲਾ ਹੈ ਉਧਰ ਵੱਡਾ ਮਾਣ ਤੇ ਸਨਮਾਨ ਹੋਵੇਗਾ ਤਾਜੇ ਦੀ ਇਹ ਤਿੰਨ ਰੇਡਾਂ ਜੇ ਪੂਰੀਆਂ ਪੈਣਗੀਆਂ ਤੇ ਕਹਿੰਦੇ 1000 ਦਿੱਤਾ ਜਾਵੇਗਾ ਲਓ ਭਲਵਾਨ ਦੀ ਕਬੱਡੀ ਪੈ ਰਹੀ ਹੈ ਹੁਸ਼ਿਆਰਾ ਬੋਪਰ ਵਾਲਾ ਆਏ ਕਹਿੰਦੇ ਪੰਮਾ ਚੰਡੀਗੜ੍ਹੀਆ ਪੰਮਾ ਸੁਹਾਣੇ ਵਾਲਾ ਲਓ ਕਰਦਾ ਟਰਾਈ ਮੇਰੇ ਮਿੱਤਰੋ ਲਓ ਸਾਹਮਣੇ ਲਓ ਬੱਲੇ ਬੱਲੇ ਹੋ ਗਈ ਵਾਹੇ ਗਿਬਰੀਆ ਲਓ ਭਲਵਾਨ ਨੇ ਕਹਿੰਦੇ ਥਾਪੀ ਮਾਰੀ ਹੈ ਥਾਪੀ ਕਿਉਂ ਮਾਰੀ ਹੈ ਪਹਿਲਾਂ ਕਹਿੰਦੇ ਪੰਮੇ ਨੇ ਕੰਨ ਦੇ ਥੱਲੇ ਮਾਰੀ ਹੈ ਉਹਨੇ ਥਾਪੀ ਤਾਂ ਮਾਰੀ ਹੈ ਪਹਿਲਾਂ ਪੰਮੇ ਨੇ ਉਹਦੇ ਕੰਨ ਦੇ ਥੱਲੇ ਮਾਰੀ ਹੈ ਉਹਨੇ ਥਾਪੀ ਤਾਂ ਮਾਰੀ ਹੈ ਇੱਧਰ ਕਹਿੰਦੇ ਤਾਜੇ ਦੀ ਰੇਡ ਜਿਹੜੀ ਹੈ ਉਹ 1000 ਦੀ ਹੈ ਉੱਧਰ ਹਰਜੀਤ ਖੁੱਡਾ ਲਹਿਰਾ ਸਾਡਾ ਵੀਰ ਹੈ ਹਰਜੀਤ ਜੈਜੀ ਵੀਰੇ ਨੂੰ ਮਿਲ ਲਵੇ ਲਓ ਕਹਿੰਦੇ ਨੰਬਰ ਜਿਹੜਾ ਹੈ ਰੇਡਰ ਦੇ ਹਿੱਸੇ ਜੁੜਦਾ ਹੋਇਆ ਰੇਡ ਪੈ ਗਈ ਤੇ ਬੱਬੂ ਕਰਗਲ ਮੁੰਡੇ ਦੀ ਲਓ ਕਹਿੰਦੇ ਅੱਜ ਬੋਪਾ ਰਾਏ ਵਾਲੇ ਮੁੰਡੇ ਵੀ ਕਮਾਲ ਕਰੀ ਜਾਂਦੇ ਆ ਭਲਵਾਨ ਕਹਿੰਦੇ ਬੋਪਾ ਰਾਏ ਵਾਲਾ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਮੇਰੀ ਬੇਨਤੀ ਹੈ ਜੀ ਕਿਉਂਕੇ ਕਲਾਂ ਤੇ ਤੇਪਲਾ ਹਰਿਆਣਾ ਇਹ ਟੀਮ ਅਗਲੇ ਮੈਚ ਲਈ ਤਿਆਰੀ ਫੜ ਲੈਣ ਕਿਉਂਕੇ ਕਲਾਂ ਤੇ ਤੇਪਲਾ ਹਰਿਆਣਾ ਇੱਧਰ ਕਹਿੰਦੇ ਪੈਂਦੀ ਰੇਡ ਦੇ ਉੱਪਰ ਵੇਖੋ ਕੌਣ ਆਏ ਕਹਿੰਦੇ ਹੁਸ਼ਿਆਰਾ ਬੋਪਰੀਆ ਹੁਸ਼ਿਆਰੇ ਦੇ ਜੱਫੇ ਦੇ ਉੱਪਰ ਜੰਡਪੁਰੀਆ ਝੋਟਾ ਕਹਿੰਦਾ ਵੀ 500 ਦੇ ਵੱਡੇ ਮਾਰਦੇ 500 ਜੰਡਪੁਰੀਏ ਝੋਟੇ ਵੱਲੋਂ ਇਹ ਕਹਿੰਦਾ ਹਰਿਆਣੇ ਦੇ ਬਾਰਡਰ ਤੇ ਚੱਲ ਕੇ ਆਇਆ ਹੈ ਕਿਤੇ ਗੱਲ ਮੂੜਕ ਦੀ ਚੱਲਦੀ ਹੈ ਕਿਉਂਕਿ ਮੂੜਕ ਤੋਂ ਅੱਗੇ ਜਾ ਕੇ ਪੰਜਾਬ ਮੁੱਕ ਜੂ ਕਰਦਾ ਹੈ ਅੱਗੇ ਹਰਿਆਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ ਲਓ ਕਹਿੰਦੇ ਰੇਡ ਜਿਹੜੀ ਹੈ ਇਹ ਦਲਵੀਰ ਹੈ ਕਹਿੰਦੇ ਮਨਾਣੇ ਦੀ ਧਰਤੀ ਦਾ ਇਹ ਵੱਧ ਕੇ ਕਬੱਡੀ ਪਾ ਰਿਹਾ ਇੱਧਰ ਕਹਿੰਦੇ ਚਾਰ ਨੇ ਮੇਰੇ ਮਿੱਤਰੋ ਲਓ ਸਾਹਮਣੇ ਦਲਵੀਰ ਦੀ ਰੇਡ ਤੇ ਮੁੰਡਾ ਕਹਿੰਦੇ ਧੱਕੀ ਫਿਰਦਾ ਹੈ ਕਿ ਮਿੱਤਰੋ ਪਟੋਲੇ ਪਿੰਡ ਚੋਂ ਨੀ ਪੱਟੀ ਦੇ ਰੋਟੀ ਖਾ ਕੇ ਹੱਥ ਨੀ ਕਦੇ ਵੀ ਚੱਟੀ ਦੇ ਕਿ ਪੇਪਰਾਂ ਦੇ ਨੇੜੇ ਨੀ ਇਸ਼ਕ ਕਰੀਦਾ ਤੇ ਪੋਹ ਦੇ ਮਹੀਨੇ ਨੀ ਪਾਣੀ ਚ ਤਰੀਦਾ ਪੋਵੇ ਮਹੀਨੇ ਨੀ ਪਾਣੀ ਚ ਤਰੀਦਾ ਉਹ ਕਹਿੰਦੇ ਰੇੜ ਪੈ ਰਹੀ ਹੈ ਉਧਰ ਦੇਖੋ ਹੁਸ਼ਿਆਰਾ ਬੋਪਰ ਵਾਲਾ ਲਓ ਸਾਹਮਣੇ ਕਹਿੰਦੇ ਕੀਤੀ ਟਰਾਈ ਪੰਮਿਆਂ ਤਿਆਰੀ ਫੜ ਲਾ ਮਨਾਣੇ ਵਾਲੇ ਨੂੰ ਕਹਿ ਦੇ ਜੇ 19-21 ਹੋ ਗਈ ਨਾ ਤੇ ਗਰਾਊਂਡ ਚੋਂ ਬਾਹਰ ਨਿਕਲਣਾ ਔਖਾ ਹੋ ਜਾਣਾ ਲੋਕਾਂ ਨੇ ਕਹਿਣਾ ਪੰਮਾ ਘਰੇ ਆ ਕੇ ਹਰਾਤਾ ਲੋਕਾਂ ਨੇ ਕਹਿਣਾ ਪੰਮਾ ਘਰੇ ਆ ਕੇ ਹਰਾਤਾ ਦਲਵੀਰ ਦੀ ਰੇਡ ਬੱਬੂ ਕਰਗਲ ਮੁੰਡੇ ਦੀ ਲਓ ਕਹਿੰਦੇ ਦਲਵੀਰ ਦੀ ਰੇਡ ਤੇ ਪੁਆਇੰਟ ਦਲਵੀਰ ਦੇ ਹਿੱਸੇ ਆ ਕਹਿੰਦੇ ਮਨਾਣੇ ਵਾਲੇ ਦੇ ਬੋਪਾ ਰਾਏ ਦੀ ਟੀਮ ਵੀ ਅੱਜ ਕਹਿੰਦੇ ਸਿਰਾ ਕਰੀ ਜਾਂਦੀ ਹੈ
ਹੁਣ ਤੇ ਇੱਕੋ ਅਰਦਾਸ ਹੈ ਬਾਬੇ ਦੇ ਚਰਨਾਂ ਵਿੱਚ ਵੀ ਆਹ ਜਿਹੜਾ ਕੁਝ ਹੋ ਰਿਹਾ ਨਾ ਇਹ ਸੈੱਟ ਹੋ ਜਾਵੇ ਸਾਰਾ ਕੁਝ, ਕਿਉਂਕਿ ਜੈਜੀ ਬਾਈ ਦਾ ਕਹਿੰਦੇ ਦਿਲ ਪੁੱਛਿਆ ਜਾਣਦਾ ਵੀ ਉਹਦੇ ਉੱਤੇ ਕੀ ਬੀਤਦੀ ਹੋਣੀ ਹੈ। ਸਾਰੇ ਕਲੱਬ ਨੇ ਕਹਿੰਦੇ ਬਹੁਤ ਵੱਡੀ ਮਿਹਨਤ ਕੀਤੀ ਹੈ ਮੇਲੇ ਦੇ ਲਈ। ਲਓ ਗੱਲੇ ਦੀ ਪੈਂਦੀ ਰੇਡ ਤੇ ਪੰਮਿਆਂ ਤਿਆਰੀ ਫੜਦਾ ਹੈ, ਲੈ ਵੀ ਪੰਮਿਆਂ ਤੇਰੇ ਜੱਫੇ ਤੇ ਵੱਡੇ ਮਾਣ, ਪਰ ਕਹਿੰਦੇ ਦੋਸਤੋ ਮੈਚ ਤੁਸੀਂ ਦੇਖ ਹੀ ਲਿਆ। ਇਸ ਮੈਚ ਦੇ ਵਿੱਚੋਂ ਮਨਾਣਾ ਦੇ 10 ਪੁਆਇੰਟ ਨੇ ਔਰ ਬੋਪਾਰਾ ਕਪੂਰਥਲਾ ਦੇ 11.5 ਪੁਆਇੰਟ ਨੇ। ਬੋਪਾਰਾ ਇਸ ਮੈਚ ਨੂੰ ਜਿੱਤ ਗਿਆ। ਮੈਚ ਕਿਹੋ ਜਿਹਾ ਲੱਗਿਆ ਜ਼ਰੂਰ ਦੱਸਿਓ, ਕਿਹੜੇ ਤੁਹਾਡੇ ਪਸੰਦੀਦਾ ਖਿਡਾਰੀ ਇਸ ਮੈਚ ਦੇ ਵਿੱਚ ਖੇਡੇ, ਉਹਨਾਂ ਦੇ ਨਾਮ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ। ਔਰ ਨਾਲ ਹੀ ਤੁਹਾਨੂੰ ਰਿਕੁਐਸਟ ਹੈ ਕਿ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ, ਕਬੱਡੀ 365 ਨੂੰ ਵੀ ਸਬਸਕ੍ਰਾਈਬ ਕਰਨਾ ਹੈਗਾ ਔਰ ਫੋਕ ਟੋਕ ਨੂੰ ਵੀ ਸਬਸਕ੍ਰਾਈਬ ਕਰ ਲੈਣਾ, ਤਾਂ ਕਿ ਸਾਡੇ ਵੱਲੋਂ ਪਾਈਆਂ ਜਾਂਦੀਆਂ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚ ਸਕਣ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।